بسم اللہ الرحمن الرحیم السلام علیکم ਅਸੀਂ ਬੋਲਣ ਦੇ ਆ ਨੂਰੀ ਦੇ ਕਿਚਨ ਚੋਂ ਤੇ ਅਸੀਂ ਅੱਜ ਤੁਹਾਡੇ ਨਾਲ ਰੈਸਪੀ ਲੱਗੀਆਂ ਸ਼ੇਅਰ ਕਰਨ ਬੀਫ ਮਕਰੋਨੀ ਦੀ ਤੇ ਵੀਡੀਓ ਤੁਸੀਂ ਸਾਡੀ ਪੂਰੀ ਵੇਖਣੀ ਹੈ ਤੇ ਵੀਡੀਓ ਨੂੰ ਤੁਸੀਂ ਸਕਿਪ ਨਹੀਂ ਕਰਨਾ ਤੇ ਜਿਹੜੀਆਂ ਸਬਜ਼ੀਆਂ ਨੇ ਇਹਨਾਂ ਨੂੰ ਗਾਜਰ ਤੇ Shimla ਮਿਰਚ ਪਿਆਜ਼ ਤੇ ਬੰਦ ਗੋਭੀ ਇਹਨਾਂ ਦੀ ਅਸੀਂ ਕਟਿੰਗ ਕਰ ਲਈ ਨੇ ਆ ਤੇ ਕਟਿੰਗ ਕਰਕੇ ਤੇ ਫਿਰ ਅੱਗੋਂ ਵੀਡੀਓ ਜਿਹੜੀ ਇਹ ਅਸੀਂ ਸ਼ੁਰੂ ਕਰਨੇ ਆ ਲਸਣ ਦੀਆਂ ਕਲੀਆਂ ਵੀ ਨੇ ਸਾਡੇ ਕੋਲ ਤੇ ਕਿਚਨ ਦੇ ਵਿੱਚ ਸਾਡੀ ਬਿਜਲੀ ਬੰਦ ਹੋ ਗਈ ਹੈ ਗਰਮੀ ਬੜੀ ਜ਼ਿਆਦਾ ਹੈ ਤੇ ਬਿਜਲੀ ਵਾਲੇ ਜਿਹੜੇ ਨੇ ਬੜੇ ਤੰਗ ਕਰਦੇ ਨੇ ਤੇ ਅਸੀਂ ਅੱਜ ਛੱਤ ਤੇ ਆ ਗਏ ਤੇ ਜਿਹੜੀ ਮਕਰੋਨੀ ਹੈ ਅਸੀਂ ਬਣਾਵਾਂ ਦੇ ਤੇ ਪਾਣੀਆਂ ਹਸਾਂ ਉਬਲਨ ਵਾਸਤੇ ਰੱਖਿਆ ਸੀ ਤੇ ਮਕਰੋਨੀ ਜਿਹੜੀ ਇਹ ਅਸੀਂ ਵਿੱਚ ਪਾ ਲੈਨੇ ਆ ਤੇ ਅੰਦਾਜ਼ ਚਮਚ ਅਸੀਂ ਨਮਕ ਦਾ ਪਾ ਲੈਨੇ ਆ ਤੇ ਅਸੀਂ ਇੱਕ ਟਰਿਕ ਜਿਹੜੀ ਹੈ ਅਸੀਂ ਉਹ ਜ਼ਮਾਨੇ ਆ ਛੱਤ ਦੇ ਉੱਤੇ ਰਾਤ ਦਾ ਟਾਈਮ ਹੈ ਤੇ ਬਿਜਲੀ ਬੰਦ ਹੈ ਤੇ ਲਸਣੀਆਂ ਕਲੀਆਂ ਨੇ ਤੇ ਉਸੇ ਇੱਕ ਰੋੜਾ ਲੈ ਕੇ ਏਟ ਲੈ ਕੇ ਤੇ ਅਸੀਂ ਉਹਦੇ ਨਾਲ ਜਿਹੜੇ ਇਹਨੂੰ ਛਾਪੜ ਦੇ ਵਿੱਚ ਕੁੱਟ ਲਵਾਉਂਦੇ ਲਸਣੀਆਂ ਕਲੀਆਂ ਨੂੰ ਤੇ ਇਹਨਾਂ ਨੂੰ ਅਸੀਂ ਹਲਕਾ ਜਿਹਾ ਬ੍ਰਾਊਨ ਕਰ ਲਵਾਉਂਦੇ ਤੇ ਜਿਹੜਾ ਕੀਮਾ ਸਾ ਉਹ ਬਾਲ ਕੇ ਰੱਖਿਆ ਸੀ ਅਸੀਂ ਕੀਮੇ ਨੂੰ ਵਿੱਚ ਪਾ ਲੈਨੇ ਆ ਪਾ ਕੇ 2 ਤੋਂ 3 ਮਿੰਟ ਵਾਸਤੇ ਅਸੀਂ ਲਸਣ ਦੇ ਵਿੱਚ ਅਸੀਂ ਇਹਨੂੰ ਭੁੰਨ ਲੈਨੇ ਆ ਕਿ ਜਿਹੜੀ ਲਸਣ ਦੀ ਖੁਸ਼ਬੂ ਹੈ ਉਹ ਵੀ ਕੀਮੇ ਦੇ ਵਿੱਚ ਰਚ ਬਸ ਜਾਏ ਤੇ ਜਿਹੜਾ ਕੀਮਾ ਇਹ ਵੀ ਬੜਾ ਹੀ ਮਜ਼ੇਦਾਰ ਜਿਹੜਾ ਹੋ ਜਾਵੇ ਤੇ ਛੋਟੀ ਮੇਰੀ ਭੈਣ ਆਈ ਏ ਤੇ ਜਿਹੜੀ ਮਕਰੋਨੀ ਏ ਮੇਰੀ ਭੈਣ ਜਿਹੜੀ ਏ ਉਹ ਛੱਤ ਤੇ ਬਹਿ ਕੇ ਅੱਜ ਮਕਰੋਨੀ ਜਿਹੜੀ ਏ ਬਣਾਏ ਦੀ ਤੇ ਜਿਹੜੀਆਂ ਸਬਜ਼ੀਆਂ ਨੇ ਉਹ ਵੀ ਅਸੀਂ ਪਾ ਦਿੰਨੇ ਆ ਗਾਜਰ ਤੇ ਬੰਦ ਗੋਭੀ ਪਾ ਕੇ ਅਸੀਂ ਇਹਨੂੰ ਮਿਕਸ ਕਰ ਲਈਨੇ ਆ ਤੇ ਬਾਕੀ ਗਰਮੀ ਵੀ ਬੜੀ ਜ਼ਿਆਦਾ ਵੇ ਤੇ ਮੰਗਾਈ ਵੀ ਬੜੀ ਏ ਤੇ ਗਰਮੀ ਵੀ ਬੜੀ ਏ ਤੇ ਲਾਈਟ ਵਾਲੇ ਜਿਹੜੇ ਨੇ ਉਹ ਵੀ ਬੜਾ ਹੀ ਪਰੇਸ਼ਾਨ ਕਰਦੇ ਨੇ ਪੈ ਤੇ ਇਹਦੇ ਵਿੱਚ ਇੱਕ ਪਿਆਜ਼ ਏ ਬਰੀਕ ਬਰੀਕ ਕਟਿਆ ਉਹ ਵੀ ਅਸੀਂ ਪਾ ਦਿੰਨੇ ਆ ਸਬਜ਼ੀਆਂ ਨੂੰ ਅਸਾਂ ਜ਼ਿਆਦਾ ਘਲਾਨਾ ਨਹੀਂ ਅਸਾਂ ਕਰੰਜੀ ਕਰੰਜੀ ਬਸ ਰੱਖਣਾ ਹੈ ਤੇ ਇਹਦੇ ਵਿੱਚ ਦੋ ਚਮਚ ਅਸੀਂ ਪਾ ਦਿੰਨੇ ਆ ਕਾਲੀ ਮਰਚ ਦੇ ਤੇ ਇੱਕ ਚਮਚ ਅਸੀਂ ਪਾ ਦਿੰਨੇ ਆ ਨਮਕ ਦਾ ਆਪਣੀਆਂ ਸਬਜ਼ੀਆਂ ਦੇ ਹਿਸਾਬ ਤੇ ਜਿਹੜੇ ਨਮਕ ਮਰਚ ਮਸਾਲੇ ਨੇ ਤੁਸੀਂ ਪਾ ਸਕਦੇ ਹੋ ਕਿਉਂਕਿ ਮਕਰੋਨੀ ਦੇ ਵਿੱਚ ਵੀ ਅਸਾਂ ਬਾਲ ਲਗਿਆ ਨਮਕ ਪਾਏ ਆਵੇ ਅਸੀਂ ਨਮਕ ਜਿਹੜਾ ਇੱਕ ਚਮਚ ਅਸੀਂ ਪਾਵਾਂ ਦੇ ਮਸੇਸੀਨ ਮਿਕਸ ਕਰਕੇ 2 ਕੁ ਮਿੰਟ ਵਾਸਤੇ ਜਿਹੜਾ ਇਹਦਾ ਟਕਣਾ ਸੀ ਬੰਦ ਕਰਾ ਦੇ ਤੇ ਸਬਜ਼ੀਆਂ ਨੂੰ ਸਾ ਜ਼ਿਆਦਾ ਘਲਾਣਾ ਨਹੀਂ ਹੈ ਤੇ Shimla mirch ਜਿਹੜੀ ਅਸੀਂ ਸਭ ਤੋਂ ਐਂਡ ਤੇ ਪਾਵਾਂਦੇ Shimla mirch ਜਿਹੜੀ ਇਹ ਜਲਦੀ ਜਲਦੀ ਨਰਮ ਹੋ ਜਾਂਦੀ ਏ ਸ਼ਿਮਲਾ ਮਰਚ ਨੂੰ ਮਿਕਸ ਕਰਕੇ ਤੇ ਕੜਾਈ ਦਾ ਢੱਕਣ ਜਿਹੜਾ ਅਸੀਂ 2 ਤੋਂ 3 ਮਿੰਟ ਬਾਅਦ ਅਸੀਂ ਕੜਾਈ ਦਾ ਢੱਕਣ ਬੰਦ ਕਰਨੇ ਆ ਤੇ 2 ਤੋਂ 3 ਮਿੰਟ ਹੋ ਗਏ ਨੇ ਸਬਜ਼ੀ ਮਾਸ਼ਾਅੱਲਾ ਸਾਡੀ ਹਲਕੀ ਹਲਕੀ ਜਿਹੜੀ ਇਹ ਨਰਮ ਹੋ ਗਈ ਹੈ ਜ਼ਿਆਦਾ ਜ਼ਾਂ ਇਹਨੂੰ ਪਕਾਉਣਾ ਨਹੀਂ ਹੈ ਜੇ ਜਿਹੜੀ ਮਕਰੋਨੀ ਹੈ ਉਹ ਵੀ ਅਸੀਂ ਭਾਲ ਲਈਏ ਭਾਲ ਕੇ ਤੇ ਉਹ ਵੀ ਅਸੀਂ ਵਿੱਚ ਪਾ ਦਿੰਨੇ ਆ